ਯੂਐਸ ਸਪੈਸ਼ਲ ਫੋਰਸਾਂ ਨੇ ਉੱਤਰੀ ਸੋਮਾਲੀਆ ਦੇ ਵਿੱਚ ਇਸਲਾਮਿਕ ਸਟੇਟ ਦੇ ਅਤਵਾਦੀਆਂ ਦੇ ਵਿਰੁੱਧ ਇੱਕ ਮੁਹਿੰਮ ਚਲਾਈ ਅਮਰੀਕੀ ਫੌਜ ਨੇ ਬੁੱਧਵਾਰ ਨੂੰ ਉੱਤਰੀ ਸੋਮਾਲੀਆ ਦੇ ਵਿੱਚ ਇਸਲਾਮਿਕ ਸਟੇਟ ਦੇ ਇੱਕ ਸੀਨੀਅਰ ਨੇਤਾ ਬਿਲਾਲ ਅਲ ਸੁਦਾਨੀ ਨੂਸ ਤੇ 10 ਸਾਥੀਆਂ ਸਮੇਤ ਇੱਕ ਵਿਸ਼ੇਸ਼ ਕਾਰਵਾਈ ਦੇ ਵਿੱਚ ਮਾਰ ਦਿੱਤਾ ਅਮਰੀਕੀ ਫੌਜ ਦੀ ਕਾਰਵਾਈ ਵਿੱਚ ਕਿਸੇ ਨਾਗਰਿਕ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ ਇੱਕ ਅਮਰੀਕੀ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਉੱਤਰੀ ਸੋਮਾਲੀਆ ਦੇ ਇੱਕ ਖੇਤਰ ਵਿੱਚ ਹੈਲੀਕਾਪਟਰ ਹਮਲੇ 'ਚ ਇਸਲਾਮਿਕ ਸਟੇਟ ਦਾ ਇੱਕ ਬੁਖਾਤਵਾਦੀ ਮਾਰਿਆ ਗਿਆ ਬਲਾਲ ਸਮੇਤ 10 ਅਤਵਾਦੀ ਮਾਰੇ ਗਏ ਅਮਰੀਕੀ ਬਲਾ ਨੇ ਸੋਮਾਲੀਆ ਦੇ ਵਿੱਚ ਇਸਲਾਮਿਕ ਸਟੇਟ ਦੇ ਇੱਕ ਸੀਨੀਅਰ ਆਗੂ ਅਲ ਸੁਦਾਨੀ ਨੂੰ ਮਾਰਨ ਦਾ ਦਾਵਾ ਕੀਤਾ ਬਾਈਡਨ ਪ੍ਰਸ਼ਾਸਨ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਯੂਐਸ ਦੇ ਵਿਸ਼ੇਸ਼ ਆਪਰੇਸ਼ਨ ਬਲਾ ਨੇ ਦਰੁੱਤਰੀ ਸੋਮਾਲੀਆ ਦੇ ਵਿੱਚ ਇਸਲਾਮਿਕ ਸਟੇਟ ਸਮੂਹ ਦੇ ਇੱਕ ਸੀਨੀਅਰ ਅਧਿਕਾਰੀ ਅਤੇ 10 ਹੋਰ ਅਤਵਾਦੀਆਂ ਨੂੰ ਮਾਰ ਦਿੱਤਾ ਬੁੱਧਵਾਰ 25 ਜਨਵਰੀ ਨੂੰ ਕੀਤੇ ਗਏ ਇੱਕ ਆਪਰੇਸ਼ਨ ਦੇ ਵਿੱਚ ਗਲੋਬਲ ਅੱਤਵਾਦੀ ਸੰਗਠਨ ਦੇ ਮੁਖ ਨੀਤਾ ਬਲਾਲ ਅਲ ਸਦਾਨੀ ਨੂੰ ਪਹਾੜੀ ਗੁਫਾ ਕੰਪਲੈਕਸ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਰਾਸ਼ਟਰਪਤੀ ਜੋ ਬਾਈਡਨ ਨੂੰ ਪਿਛਲੇ ਹਫਤੇ ਪ੍ਰਸਤਾਵਿਤ ਮਿਸ਼ਨ ਬਾਰੇ ਸੂਚਿਤ ਕੀਤਾ ਗਿਆ ਸੀ। ਇਹ ਆਪਰੇਸ਼ਨ ਮਹੀਨਿਆਂ ਦੀ ਯੋਜਨਾ ਤੋਂ ਬਾਅਦ ਕੀਤਾ ਗਿਆ ਸੀ। ਰੱਖਿਆ ਸਕੱਤਰ ਲੌਇਡ ਆਸਟਨ ਨੇ ਵਿਸ਼ੇਸ਼ ਆਪਰੇਸ਼ਨ ਦੇ ਵਿੱਚ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਹੁਕਮਾਂ ਤੇ 25 ਜਨਵਰੀ ਨੂੰ ਅਮਰੀਕੀ ਫੌਜ ਨੇ ਉੱਤਰੀ ਸੋਮਾਲੀਆ 'ਚ ਇੱਕ ਆਪਰੇਸ਼ਨ ਚਲਾਇਆ ਸੀ ਜਿਸ ਵਿੱਚ ਕਈ आईएसआईएस atividिमारी ਗਏ ਸੀ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕਿ ਅਲ ਸੁਦਾਨੀ ਪਿਛਲੇ ਕਈ ਸਾਲਾਂ ਤੋਂ ਅਮਰੀਕੀ ਖੂਫੀਆ ਅਧਿਕਾਰੀਆਂ ਦੀ ਰਡਾਰ 'ਤੇ ਸੀ ਬਲਾਨ ਲਾਲ ਸੁਦਾਨੀ ਨੇ ਅਫਗਾਨਿਸਤਾਨ ਵਿੱਚ ਕੰਮ ਕਰ ਰਹੇ ਇੱਕ ਵਿਅਕਤੀ ਸੰਗਠਨ আইএসआईएस ਕੇ ਦੇ ਨਾਲ-ਨਾਲ ਅਫਰੀਕਾ ਵਿੱਚ আইএস ਕਾਰਵਾਈਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਅਮਰੀਕੀ ਖਜ਼ਾਨਾ ਵਿਭਾਗ ਨੇ ਪਿਛਲੇ ਸਾਲ ਦੋਸ਼ ਲਗਾਇਆ ਸੀਗਾ ਕੀਅਲ ਸਦਾਨੀ ਨੇ ਆਈਐਸਟ ਦੇ ਖੋਰ ਆਪਰੇਟਿਵ ਅਬਦਲਾ हुसैन ਅਬਦੀਗਾ ਨਾਲ ਮਿਲ ਕੇ ਕੰਮ ਕੀਤਾ ਇਸ ਨੇ ਦੱਖਣੀ ਅਫਰੀਕਾ ਵਿੱਚ ਨੌਜਵਾਨਾਂ ਦੀ ਭਰਤੀ ਕੀਤੀ ਅਤੇ ਉਹਨਾਂ ਨੂੰ ਹਥਿਆਰ ਸਿਖਲਾਈ ਕੈਂਪਾਂ ਵਿੱਚ ਭੇਜਿਆ